ਜਿਹੜੀ ਆਪਾਂ ਜਿੱਥੇ ਕਿਸਾਨ ਵੀਰਾਂ ਨੇ ਸਲਫਰ ਪਾਉਣਾ ਹੈਗਾ, ਜੇ ਤਾਂ ਸਿੰਗਲ ਸੁਪਰ ਫਾਸਫੇਟ ਖਾਦ ਪਾਈ ਆ ਆਪਾਂ ਇੱਕ ਗੱਟਾ ਤੱਕ ਪਾਇਆ ਹੈਗਾ, ਤਾਂ ਉਹਦੇ ਨਾਲ ਜਿਹੜੀ ਹੈਗੀ 5-6 ਕਿਲੋ ਜਿਹੜੀ ਹੈਗੀ ਆ ਸਲਫਰ ਉਹ ਆਪਣੇ ਆਪ ਹੀ ਵਿੱਚ ਐਡ ਹੋ ਜਾਂਦੀ ਆ, ਅਤੇ 16-17 ਕਿਲੋ ਜਿਹੜੀ 18 ਕਿਲੋ ਤੱਕ ਜਿਹੜੀ ਹੈਗੀ ਆ ਪਰ ਕੁਇੰਟਲ ਦੇ ਮਗਰ ਜਿਹੜੀ ਹੈਗੀ ਆ ਕੈਲਸ਼ੀਅਮ ਐਡ ਹੋ ਜਾਂਦੀ ਹੈ, ਅਤੇ 50 ਕਿਲੋ ਮਗਰ ਜਿਹੜੀ ਹੈਗੀ 8-9 ਕਿਲੋ ਜਿਹੜੀ ਕੈਲਸ਼ੀਅਮ ਐਡ ਹੋ ਜਾਂਦੀ ਆ। ਜਿੱਥੇ ਕਿਸਾਨ ਵੀਰਾਂ ਨੇ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਨਹੀਂ ਕੀਤੀ, DAP ਪਾਈ ਆ, ਉੱਥੇ ਕਿਸਾਨ ਵੀਰੋ 2-3 ਕਿਲੋ ਜਿਹੜੀ ਹੈਗੀ ਪ੍ਰਤੀ ਏਕੜ ਜੇ ਤੁਸੀਂ ਸਲਫਰ ਪਾ ਦਿੰਦੇ ਆ ਤਾਂ ਉਹ ਜਿਹੜੀ ਹੈਗੀ ਆ ਸਫੀਸ਼ੀਐਂਟ ਹੈਗੀ ਕਣਕ ਦੀ ਫਸਲ ਲਈ ਪ੍ਰਤੀ ਏਕੜ ਦੇ ਹਿਸਾਬ ਨਾਲ।